अज असी उस पिंड पहुंचे मालिकपुर जिहड़ा 47 तो पहला जिहनू मुसलमाना का पिंड कहा जाता सी सी भी उस तो बाद 47 तो बाद की कुछ होया लम्मा अरसा हो गया पर यह पिंड अज भी पिंड वासियां ने सांभ के रखिया उन्हां दी आजादां आ बहुत सारिया जुड़िया हुई पिंड वासियां ने अज अज दे त्यौहार ते अज ईद दे दिहाड़े ते उन्होंने मुबारकबाद देने दे लई जिथे कि भी बैठे आ कुछ देखते जिन्हां पता हो जाद आ भी मालिकपुर पिंड साडा पिंड हुंदा सी फगवाड़े दे कोल जिला कपूरथला ते उह पिंड वासियां नाल आओ गल करदे आ वीर जी सत श्रीकाल सत श्रीकाल जी वीर जी तुसी दसो इस पिंड बारे कि यह पिंड पहला किहो जिहा हुंदा सी हुण तुसी उन्हां नूं वाद रख्या ईद दीआं मुबारकां जिहड़ियां तुहाडे वल्लों तुसी की कहना चाहुंदे आ आपणे उह वीरां नूं पहला तो पूरी दुनिया के जिन्ना भी मुसलमान भाईचारा या होर भी जिन्ने मेरे वीर ने सारे ईद दीआं बहुत बहुत पिंड मलकपुर वालों बजुर्गों वालों साडे वालों वधाइयां गल ये करनी है कि साडे ताया जी खड़े ने यह पिंड असी सारे उजड़ के आए पाकिस्तान उजड़ के क्यों कहने कि अही सिर्फ बजुर्ग दसते ने इन्नी इन चीजा चुक के लियाए कोई समान नहीं आया जेडे लोग पहला आ गए ट्रेना च तूड़िया मझा सारा कुछ लियाए सू बजुर्ग दसते ने आज जिंदी जागती मिसाल खड़ी साडे ताया जी मेरे फादर साहब ते सालकू का फर्क इन्हों का वो कहें कि अं बिलकुल लास्ट से आए जो वड वड़ेंगा होंदा ही पर अज तो 8 साल पहला पाकिस्तान मेरे वीर आए पिंड मलकपुर च अच्छा जी वो जिथे साडा घर भज्जा आए बजुर्ग ओहदे नाल पुत ते पोतरे आए कि असीं इस पिंड च रहिंदे हां ਉਹ ਮਸੀਤ ਲੱਭਦੇ ਸੀਗੇ ਅੱਛਾ ਉਹਨਾਂ ਨਾਮ ਕੀ ਸੀਗਾ ਮੈਨੂੰ ਨਾਮ ਭੁੱਲ ਗਿਆ ਸੌਰੀ ਮੇਰੇ ਪੂਰੇ ਧਿਆਨ ਚ ਸਾਡੇ ਘਰੋਂ ਚਾਹ ਪੀ ਕੇ ਗਏ ਤੇ ਉਹਨਾਂ ਨੇ ਦੇਖਿਆ ਕਿ ਪਿੰਡ ਸਾਡਾ ਉਹ ਹੀ ਹੈ ਪਰ ਪਿੰਡ ਬਹੁਤ ਤਰੱਕੀ ਕਰ ਗਿਆ ਤਰੱਕੀ ਕੀ ਕਿ ਸਾਡੇ ਪਿੰਡੋਂ ਬਾਹਰ ਇੱਕ ਪੰਜਾਂ ਪੀਰਾਂ ਦੀ ਜਗ੍ਹਾ ਹੈ ਮੇਰੇ ਨਾਲ ਉਹਨਾਂ ਦੇ ਬਚਨ ਹੋਏ ਆ ਅੱਛਾ ਜੀ ਉਹ ਕਹਿੰਦੇ ਉੱਥੇ 5-7 ਇੱਟਾਂ ਰੱਖੀਆਂ ਸੀ ਥੋੜੀਆਂ ਤੇ ਹੁਣ ਬਹੁਤ ਵੱਡਾ ਉੱਥੇ ਉਹ ਪੰਜਾਂ ਪੀਰਾਂ ਦੀ ਜਗ੍ਹਾ ਬਣ ਗਈ ਪਿੰਡ ਵਾਸੀਆਂ ਨੇ ਆਲੇ ਦੁਆਲੇ ਨਗਰ ਵਾਸੀਆਂ ਨੇ ਰਲ ਕੇ ਉੱਥੇ ਲੰਗਰ ਹਾਲ ਬਣਾਏ ਚਲੋ ਸਾਲ 'ਚ ਕੁਝ ਜਠੇਰੇ ਆ ਕਿਸੇ ਦੇ ਮੇਲੇ ਲੱਗਦੇ ਆ ਪਰ ਮੈਨੂੰ ਜਿੱਥੋਂ ਤੱਕ ਇਤਿਹਾਸ ਜਾਣਦਾ ਜਦੋਂ 6ਵੇਂ ਪਾਤਸ਼ਾਹ ਸਾਡੇ ਗੁਰੂ ਹਰਗੋਬਿੰਦ ਸਾਹਿਬ ਆਏ ਉਹ ਲੰਘਦੇ ਕਿਸੇ ਨੇ ਸਿਆਣਾ ਦੱਸਿਆ ਵੀ ਇੱਥੇ ਹੁੰਦੀ ਲੰਘ ਕੇ ਵੀ ਗਏ ਉਹ ਜਗ੍ਹਾ ਤੇ ਅੱਛਾ ਜੀ ਉੱਥੋਂ ਲੰਘ ਕੇ ਵੀ ਗਏ ਚਲੋ ਨਹੀਂ ਆਲੇ ਦੁਆਲੇ ਇੱਥੇ ਗੁਰਦੁਆਰਾ ਸਾਹਿਬ ਬਹੁਤ ਬਿਰਾਜਮਾਨ ਨੇ ਜਿੱਥੇ ਸਾਡੇ ਗੁਰੂ ਹੋ ਕੇ ਜਾਂਦੇ ਨੇ ਪਰ ਇਹ ਪਿੰਡ ਬਿਲਕੁਲ ਮੁਸਲਮਾਨਾਂ ਦਾ ਹੀ ਸਾਡੇ ਜਿਹੜੇ ਆਤਮੀ ਭਰਾ ਤੇ 3 ਘਰ ਤਖਾਣਾ ਦੇ ਸੀਗੇ ਬਾਕੀ ਸਾਰੇ ਮੁਸਲਮਾਨ ਹਾਂਜੀ ਹੋਰ ਸਾਰੇ ਮੁਸਲਮਾਨ ਉਹ ਅਜੇ ਵੀ ਇੱਥੇ ਹੀ ਨੇ ਅੱਛਾ ਜੀ ਉਹ ਇੱਥੇ ਹੀ ਨੇ ਉਹਨਾਂ ਚ ਕੋਈ ਜਿਹਾ ਖੜੇ ਵੀ ਨੇ ਪੁਰਾਣੇ ਮੇਰੇ ਵੀਰ ਉਹ ਅਜੇ ਵੀ ਇੱਥੇ ਨੇ ਜਦੋਂ ਅਸੀਂ ਉੱਥੋਂ ਉੱਜੜ ਕੇ ਆਏ ਤੇ ਅਸੀਂ ਇਸ ਪਿੰਡ 'ਚ ਵਸੇ 3 ਸਾਲ ਸਾਡੇ ਬਜ਼ੁਰਗ ਰੌਲਪਿੰਡੀ ਰਹੇ ਸਾਨੂੰ ਅਲਾਟਮੈਂਟ ਮਲਕਪੁਰ 'ਚ ਹੋ ਗਈ ਫਿਰ ਅਸੀਂ ਇੱਥੇ ਆ ਗਏ ਉਹ ਸਾਡਾ ਆਪਣਾ ਬੜਾ ਮਨ ਕਰਦਾ ਅਸੀਂ ਪਾਕਿਸਤਾਨ ਦੇ ਨਾ ਨਾਸਰ ਮਦਰੀ ਨੇ ਅਸੀਂ ਉਹਨਾਂ ਨੂੰ ਪੂਰਾ ਸੁਣਨੇ ਆ ਕੋਸ਼ਿਸ਼ ਵੀ ਬੜੀ ਵਾਰੀ ਕੀਤੀ ਵੀ ਉਹਨਾਂ ਦਾ ਫੋਨ ਨੰਬਰ ਮਿਲ ਜੇ ਮੈਂ ਨਾਸਰ ਮਦਰੀ ਸਾਹਿਬ ਨੂੰ ਵੀ ਤੁਹਾਡੇ ਜ਼ਰੀਏ ਕਹਿਣਾ ਕਿ ਮੈਂ ਵਟਸਐਪ ਤੇ ਵੀ ਆ ਮੈਂ ਉਹਨਾਂ ਦੇ ਜਿਹੜੇ ਸ਼ਾਗਿਰਦ ਕਹਿ ਲਓ ਉਹਨਾਂ ਨੂੰ ਬੜੀਆਂ ਬੇਨਤੀਆਂ ਕੀਤੀਆਂ ਕਿ ਮੇਰੀ ਨਾਸਰ ਮਦਰੀ ਸਾਹਿਬ ਨਾਲ ਗੱਲ ਹਾਂਜੀ ਮੈਸੇਜ ਪਾਏ ਸ਼ਾਇਦ ਮੇਰੀ ਇੱਕ ਇੱਛਾ ਦਿਲੀ ਕਿ ਮੈਂ ਨਾਸਰ ਮਦਰੀ ਸਾਹਿਬ ਨੂੰ ਮਿਲਣਾ ਚਾਹੁੰਦਾ ਸਾਡਾ ਪਿਛੋਕੜ ਉੱਥੇ ਆ ਮੌਕਾ ਬਣਿਆ ਤੇ ਅਸੀਂ ਸਿਆਲਕੋਟ ਜ਼ਿਲ੍ਹਾ ਤਹਿਸੀਲ ਪਸਰੂਰ ਪਿੰਡ ਸਾਡਾ ਸੀਗਾ ਠੱਠੀ ਬਾਜਵਾ ਤਾਇਆ ਜੀ ਹੋਰੀ ਚੱਕ ਤੋਂ ਆਏ ਨੇ ਕਿਹਨੇ ਚੱਕ ਤੋਂ ਆਏ ਜੀ ਚੱਕ 453 ਤੋਂ ਆਏ ਨੇ ਇਹ ਇਹ ਘੁੰਮਣ ਨੇ ਅਸੀਂ ਬਾਜਵੇ ਹਾਂ ਇਹ ਇਸ ਪਿੰਡ 'ਚ ਸਾਰੇ ਜਿੰਨੇ ਵੀ ਜ਼ਿਮੀਂਦਾਰ ਪਰਿਵਾਰ ਨੇ ਸਾਰੇ ਪਾਕਿਸਤਾਨ ਤੋਂ ਆਏ ਅਤੇ ਅੱਜ ਤੁਸੀਂ ਆਏ ਹੋ ਅਤੇ ਅਸੀਂ ਮੁਬਾਰਕਬਾਦ ਦਿੰਦੇ ਹਾਂ ਇਸ ਦੀ ਅਤੇ ਅਸੀਂ ਤਾਂ ਪਹਿਲਾਂ ਵੀ ਕਹਿੰਦੇ ਹਾਂ ਸਾਰੇ ਤਿਉਹਾਰ ਰਲ ਮਿਲ ਕੇ ਮਨਾਉਣੇ ਚਾਹੀਦੇ ਸਾਥੀਓ ਪਿੰਡ ਮਾਲਕਪੁਰ ਫਗਵਾੜੇ ਦੇ ਨਜ਼ਦੀਕ ਜ਼ਿਲ੍ਹਾ ਕਪੂਰਥਲਾ ਜਿਹੜਾ ਭਾਰਤ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ 47 ਤੋਂ ਪਹਿਲਾਂ ਇਹਨੂੰ ਮੁਸਲਮਾਨਾਂ ਦਾ ਪਿੰਡ ਕਿਹਾ ਜਾਂਦਾ ਸੀ ਉਸ ਤੋਂ ਬਾਅਦ ਇਹ ਪਿੰਡ ਮੁਸਲਮਾਨ ਇੱਥੋਂ ਚਲ ਗਏ ਉਸ ਤੋਂ ਬਾਅਦ ਜਿੱਦਾਂ ਬਟਵਾਰਾ ਆਉਂਦਾ ਦੁਨੀਆ ਬਸੀ ਜਿੱਦਾਂ ਜਿੱਦਾਂ ਸੀਗਾ ਉੱਦਾਂ ਉੱਦਾਂ ਇੱਥੇ ਰਹਿੰਦੇ ਰਹੇ ਅੱਜ ਸਾਡਾ ਮਕਸਦ ਸੀਗਾ ਵੀਡੀਓ ਕਰਨ ਦਾ ਅਸੀਂ ਬਜ਼ੁਰਗਾਂ ਨੂੰ ਮਿਲਣ ਆਏ ਸੀ ਇਸੇ ਪਿੰਡ ਅੱਜ ਈਦ ਦਾ ਦਿਹਾੜਾ ਵੀ ਆ ਅਤੇ ਇਹ ਬਾਬਾ ਜੀ ਨੂੰ ਮੈਂ ਪੁੱਛਣਾ ਚਾਹੁੰਦਾ ਬਾਬਾ ਜੀ ਤੁਹਾਡਾ ਨਾਮ ਕੀ ਜੀ ਮੇਰਾ ਨਾਮ ਮਹਿੰਦਰ ਸਿੰਘ ਮਹਿੰਦਰ ਸਿੰਘ ਡੈਡੀ ਦਾ ਨਾਮ ਜੀ ਲਾਭ ਸਿੰਘ ਅੱਛਾ ਤੁਸੀਂ ਤੁਹਾਡਾ ਜਨਮ ਕਿੱਥੇ ਹੋਇਆ ਜਨਮ ਸਾਡਾ ਹੋਇਆ ਪਿੰਡ 453 ਚੱਕ ਪਾਕਿਸਤਾਨ ਪਾਕਿਸਤਾਨ ਅੱਛਾ ਤੁਹਾਡੀ
ਹੁਣ ਏਜ ਕਿੰਨੀ ਹੋ ਗਈ ਮੈਨੂੰ ਪੜ ਬੰਦਾ 80 ਹੋਣੀ ਹੈ 80 85 85 86 ਦੇ ਹੋਣੀ ਤੇ ਉੱਥੇ ਤੁਸੀਂ ਕਿੰਨੇ ਸਾਲ ਰਹੇ ਉੱਥੇ ਸਾਲ ਤੇ ਹੁਣ ਅਸੀਂ 10 11 ਸਾਲ ਹੀ ਰਹਿਆ ਸੀ ਸਾਡਾ ਜਨਮ ਜਦੋਂ ਅੱਛਾ ਜਿਹੜਾ ਤੁਹਾਡਾ ਪਿੰਡ ਸੀ ਪਿੰਡ ਦੇ ਨੇੜੇ ਤੇੜੇ ਪਿੰਡ ਯਾਦ ਹੈ ਤੁਹਾਨੂੰ ਹਜੇ ਵੀ ਹਾਂ ਕਿਹੜੇ ਕਿਹੜੇ ਸੀਗੇ ਜੀ ਇੱਕ ਚੱਕ 75 475 ਨੰਬਰਾਂ ਦੇ ਪਿੰਡ ਪਾਇਆ ਹਨ ਰਿੰਗੇਜਾ ਨੇ ਨੰਬਰਾਂ ਦੇ ਮਾਬੇ ਕੱਟੇ ਹਨ ਅੱਛਾ ਜੀ 441 ਹਾਂ 455 ਹਾਂ 475 ਅੱਛਾ ਜਿਹੜੇ ਤੁਹਾਡੇ ਉੱਥੇ ਦੋਸਤ ਸੀਗੇ ਕੁਛ ਪੜ੍ਹਦੇ ਹਨ ਜਦ ਤੁਸੀਂ ਪੜ੍ਹਦੇ ਸੀਗੇ ਤੇ ਦੋਸਤਾਂ ਦੇ ਨਾਮ ਕੀ ਸੀ ਸਾਡੇ ਪਿੰਡ ਸਾਰਾ ਜੱਟਾਂ ਦਾ ਸੀ ਆਪਣਾ ਪੰਜਾਬੀਆਂ ਦਾ ਮੁਸਲਮਾਨ ਇੱਕ ਦੋ ਘਰ ਸਨ ਤਖਾਣ ਜਿਹੜੇ ਹਨ ਛੋਟਾ ਜਿਹਾ ਕਮਰਾ ਸੀ ਬਾਹਰ ਬੁੱਢ ਸੀ ਨਾ ਬੜਾ ਜੰਗਲ ਪਿਆ ਸੀ ਉੱਥੇ ਰੇਤੇ ਚ ਸਕੂਲ ਥੋੜੇ ਜਿਹੇ ਮੁੰਡੇ ਪੜ੍ਹਦੇ ਹਨ ਅੱਛਾ 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 ਉਰਦੂ ਪੜ੍ਹਾਉਂਦੇ ਹਨ ਲੰਬੇ ਟੇਸ ਤੇ ਅੱਛਾ ਐਨ ਗਾਇਨ ਉਰਦੂ ਪੜ੍ਹਾਉਂਦੇ ਹਨ ਮੌਲਵੀ ਹਾਂ ਉਰਦੂ ਯਾਦ ਹੈ ਤੁਹਾਨੂੰ ਉਰਦੂ ਥੋੜੇ ਯਾਦ ਕੀ ਰਹਿਣਾ ਲੰਬੇ ਟੇਸ ਤੇ ਆਫ ਗਾਇਨ ਗਾਇਨ ਅੱਛਾ ਅੱਛਾ ਹੌਲੀ ਹੌਲੀ ਜਾਣ ਕੇ ਕਹਿਣ ਦਾ ਮਤਲਬ ਵੀ ਭੁੱਲ ਗਿਆ ਕੁਛ ਯਾਦ ਵੀ ਆ ਹਾਂ ਭੁੱਲ ਗਿਆ ਤੈਨੂੰ ਪਤਾ ਇੱਧਰ ਧੱਕੇ ਖਾਂਦੇ ਦਾ ਉਧਰੋਂ ਫਿਰ ਫਾਜ਼ਲ ਕੇ ਨੰਗੇ ਆ ਕੇ ਤੁਸੀਂ ਤੁਸੀਂ ਜਦੋਂ ਆਏ ਆ ਤੇ ਤੁਹਾਨੂੰ ਯਾਦ ਆ ਤੁਸੀਂ ਕਦੋਂ ਆਏ ਇੱਥੇ ਇੱਥੇ ਤੇ ਖੱਜਲ ਹੋਇਆ ਸਹਿਜੇ ਨਾ ਆਇਆ ਮੋੜੋ 3 ਸਾਲ ਅਸੀਂ ਲੁਧਿਆਣੇ ਰਿਹਾ ਕੈਂਪ 'ਚ ਅੱਛਾ ਆਟਾ ਗਵਰਨਮੈਂਟ ਕੋਲ ਖਾਂਦੇ ਦਾ ਫਿਰ 3 ਸਾਲ ਉਹ ਭੰਗਾਲੇ ਚਲੇ ਗਿਆ ਕਿੱਥੇ ਉਹ ਭੰਗਾਲਾ ਜਿਹੜਾ ਅੱਛਾ ਮਕੇਰੀਆਂ ਦੇ ਕੋਲ ਆਹੋ ਹਾਂਜੀ ਜਿੰਨੇ ਉਹ ਰਾਵੀ ਤੇ ਜਿੰਨੇ ਆਸ਼ਕ ਹੋਏ ਨੇ ਸਾਰੇ ਉਹ ਰਾਵੀ ਦੇ ਹੋਏ ਨੇ ਜ਼ਿਲ੍ਹੇ ਮੁਲਤਾਨ ਦੇ ਵਿੱਚ ਅੱਛਾ ਉਹ ਰਾਵੀ ਸੁਨਿਆ ਪੀਰ ਚਨਾ ਦੇ ਉਹਨਾਂ ਨੂੰ ਸੋਈ ਮਾਲ ਉੱਥੇ ਵੀ ਹੀਰ ਵੀ ਉੱਥੇ ਹੀ ਹੋਈ ਉੱਧਰ ਹੀ ਹੋਈ ਸਾਰੀ ਅੱਛਾ ਹੀਰ ਵੀ ਉੱਥੇ ਦੀ ਹੋਈ ਉੱਧਰ ਦੀ ਉਹ ਸਿਆਲਾਂ ਦੀ ਅੱਛਾ ਤੇ ਤੁਸੀਂ ਕਿੰਨੇ ਭਾਈ ਸੀਗੇ ਅੱਛਾ 3 ਭਾਈ ਸਨ ਅਸੀਂ ਉਦੋਂ ਅੱਛਾ ਜਦੋਂ ਪਾਕਿਸਤਾਨ ਸੀਗੇ ਮੇਰੇ ਤੋਂ ਛੋਟੇ ਸਾਡੇ ਛੋਟੇ ਮੇਰੇ ਤੋਂ ਛੋਟੇ ਤੇ ਤਾਏ ਚਾਚੇ ਹੈ ਤਾਏ ਚਾਚਾ ਕੋਈ ਇੱਕ ਤਾਇਆ ਸਾਡਾ ਹੈਗਾ ਤੇ ਤੁਸੀਂ ਸਾਰੇ ਇਕੱਠੇ ਆਏ ਇਕੱਠੇ ਆ ਗੱਡੀਆਂ ਤੇ ਆਏ ਅੱਛਾ ਸਾਡਾ ਨਵਾਂ ਮੀਲਾਂ 'ਚ ਕਾਫਲਾ ਸੀ ਅੱਛਾ ਸਾਰੇ ਤੁਹਾਨੂੰ ਯਾਦ ਆ ਜਦੋਂ ਇਹ ਦੌਰ ਸੀ ਮਾਰ ਕੁੱਟ ਜਦੋਂ ਹੋ ਰਹੀ ਸੀ ਵੱਢ ਵਡਾਂਗਾ ਹੋ ਰਿਹਾ ਸੀ ਤੁਹਾਨੂੰ ਕੁਛ ਯਾਦ ਆ ਉਹ ਸੀਨ ਉਹ ਜੋ ਅੱਖੀ ਦੇਖਿਆ ਹੋਵੇ ਨਿਮਕ ਖਾਦਾ ਬੜੇ ਭਰਾਵਾਂ ਨੂੰ ਰਹਿ ਹਾਂ ਬਿਲਕੁਲ ਪਿਆਰ ਬੜਾ ਸੀ ਪਿਆਰ ਬੜਾ ਸੀ ਉਹ ਘੋੜੀ ਜਾਂਦਾ ਫਿਰ ਹੱਥ ਜੋੜ ਕੇ ਸਾਡੀ ਬੇਵਾਹ ਹੀ ਹੁਣ ਤੁਸੀਂ ਚੰਗੇ ਹੋ ਤੋਂ ਨਿਕਲ ਜਾਓ ਨਹੀਂ ਜਾਣਾ ਤਾਂ ਪੈਣਾ ਹੀ ਹੈ ਫਿਰ ਇਹਨਾਂ ਨੇ ਸਾਡੇ ਬੰਦਿਆਂ ਨੇ ਗੱਡੇ ਜੁੱਤੇ ਇਹਦਾ ਜੋ ਕੇ ਤੇ ਮਾਣੇ ਵਾਲਾ ਮੋੜ ਪੈਂਦਾ ਸੀ ਮੰਡੀ ਬੂਰੇ ਵਾਲੇ ਜਿਵੇਂ ਚੌਂਕ ਹੁੰਦਾ ਨਾ ਪੈਂਦਾ ਐਨ ਨਿਕਲੀ ਐਨ ਉੱਥੇ ਸਾਨੂੰ ਗੋਗਰਾ ਮਿਲਟਰੀ ਮਿਲ ਗਈ ਜਦੋਂ ਗੱਡੇ ਸਾਡੇ ਉੱਥੇ ਆਏ ਤੇ ਡੰਗਰ ਬੱਚਾ ਸਾਹਿਬ ਛੱਡ ਆਏ ਗੱਡੇ ਹਨ ਕੋਲ ਜਾ ਕੋ ਮਹੀਂ ਮੂਹੀ ਕੋ ਨਾਲ ਸੂਈ ਸਾਜ ਧਰ ਲਈ ਨਿਆਣਿਆਂ ਦੇ ਦੁੱਧ ਪੀਣ ਨੂੰ ਇਹ ਫਿਰ ਉੱਥੇ ਆਖਣਗੀ ਵੀ ਤੁਸੀਂ ਗੱਲ ਸੁਣੋ ਤੁਸੀਂ ਗੱਡਿਆਂ ਆਖਣਗਾ ਇਹ ਮਾਣੇ ਵਾਲੇ ਮੋੜ ਤੋਂ ਨਹੀਂ ਜਾਣਾ ਜਿੰਨਾ ਚਿਰ ਅਸੀਂ ਕਮਾਦਾਂ ਤੋਂ ਆਈਏ ਕਮਾਦੀ ਜਾਇਲਦਾਰ ਦਾ ਮਲਾ ਹੋਇਆ 12 ਪਿੰਡਾਂ ਦਾ ਅਸੀਂ ਹੁਣ ਗੱਡੀਆਂ ਲੈ ਕੇ ਉੱਥੇ ਚੱਲੇ ਹਾਂ ਇਹ ਫਿਰ ਸਾਡੇ ਉੱਥੇ 65 ਪੈਂਦਾ ਸੀ ਇਹਨਾਂ ਦਾ ਫੌਜੀ ਦਾ ਪਿੰਡ 65 ਲੱਗ ਗਿਆ ਅੱਛਾ 65 ਤੱਕ ਸਭ 65 ਨੰਬਰਾਂ 'ਚ ਪਿੰਡ ਸਨ ਇਹ ਜਿਹੜੇ 65 ਪਿੰਡ ਸਨ ਸਾਰੇ ਫੌਜੀਆਂ ਦੇ ਹਨ ਸੂਬੇਦਾਰ ਕੋਲ ਮੇਜਰ ਘੋੜੀਆਂ ਹਨ ਅਤੇ ਅਸਲਾ ਵੀ ਕੋਲ ਹੈਗਾ ਸੀ ਅਤੇ ਇੱਥੇ ਫਿਰ ਗੱਡੇ ਸ਼ੁਰੂ ਹੋ ਗਏ ਲੈਣਾ ਲਾ ਗਈ ਗੱਡੇ ਚੜ੍ਹੇ ਹੁਣ ਉੱਥੇ ਛੱਡੀ ਜਾਣ ਦੂਜੇ ਦਿਨ 12 ਵਜੇ ਫਿਰ ਉਦੋਂ ਆਏ ਫਿਰ ਫੌਜੀ ਫਿਰ ਸਾਡਾ ਕਾਫਲਾ ਤੋਰਿਆ ਉਹਨੂੰ ਕਾਫਲਾ ਤੋਰਿਆ ਰਾਤ ਨੂੰ ਇਹ ਕੰਮ ਕਰਦੇ ਹਨ ਸਾਡਾ ਤੇ ਗੱਡੇ ਲਾ ਲੈਣੇ ਤੇ ਵਿੱਚੋਂ ਗਸਤੋਂ ਨਾ ਕਰਦੀ ਜੀਪਾਂ ਤੇ ਬਾਹਰ ਜਿਹੜੇ ਹਨ ਸਾਡੇ ਫੌਜੀ ਇਹਨਾਂ ਘੋੜੀਆਂ ਦਾ ਨਿਗਰਾਨੀ ਕਰਨੀ ਬਾਅਦ ਹੱਲਾ ਨਾ ਬੋਲੇ ਕੋਈ ਬਾਬਾ ਪਿਆਰ ਤਾਂ ਬੜਾ ਸੀਗਾ ਮੁਸਲਮਾਨ ਪਿਆਰ ਬੜਾ ਪਿਆਰ ਬਹੁਤ ਪਿਆਰ ਬੜਾ ਪਿਆਰ ਸੀ ਕਿ ਭਰਾਵਾਂ ਨਾਲ ਵੀ ਜ਼ਿਆਦਾ ਸੀ ਉੱਥੇ ਵੀ ਤੁਹਾਨੂੰ ਯਾਦ ਆਉਂਦੀ ਹੁਣ ਪਾਕਿਸਤਾਨ ਦੀ ਕੁਛ ਤੁਹਾਨੂੰ ਖਿਆਲ ਆਉਂਦੇ ਆ ਖਿਆਲ ਆਉਂਦੇ ਨੇ ਪਰ ਲੈਣਾ ਤਾਂ ਮਰਬੇ ਸਨ ਹਾਂ ਤੋੜ ਵਿੱਚੋਂ ਸਿੱਧੀਆਂ ਸੜਕਾਂ ਹਨ ਹਾਂ ਤੇ ਯਾਦ ਤੇ ਆਉਂਦੀ ਹੈ ਬੁੱਢ ਬੜੀ ਤਗੜੀ ਸੀ ਹਾਂ ਜਾਨਵਰ ਬੜੇ ਬੜੇ ਥੱਪ ਰਹਿੰਦੇ ਆ ਛੋਕ ਦੇ ਭੈਣ ਜਿਹਾ ਐਡੇ ਐਡੇ ਮੋਟੇ ਅੱਛਾ ਪੁਰਾਣੀ ਬੁੱਢਾਂ ਵਗੀਆਂ ਨੇ ਕੋਈ ਮਾਂ ਆ ਬਾਣੇ ਜਿਹੜੇ ਤਗੜੇ ਹਨ ਥੱਲੇ ਡੰਗਰ ਵਾਰਦੀਆਂ ਨੇ ਡੰਗਰ
पता नहीं लगता एडा मन तकड़ा उन्नी थां जांदा है मन तो इतने है ही नहीं हुण ते नाल दे पिंड दा याद है किहड़े किहड़े पिंड नाल दे नाल दे 41 41 475 475 266 268 दूजे तो मुसलमान दे पिंड सन जिवें रबियां दे आए हन नाल मुसलमान दे पिंड बड़े हन ये जड़ा मैं तेनों पहला दसा मलकपुर पिंड जिहनूं कहा जांदा कि मुसलमान दा इह पिंड आ साडे वल्लों ईद दीआं मुबारकां वीडियो करन दा मतलब यही सी कि असी इत्थे दी इस पिंड दा जिन्हां नूं मुसलमान दा पिंड कहा जांदा बहुत सारे लोग सुणदे होणे आ देखदे होणे आ जदों आ पिंड दा नाम लिया जिहड़ा फगवाड़े दे कोल आ जिला कपूथला साडे वल्लों बहुत ढेर भरिया कहिंदा मुबारकां आ प्यार आ ईद दे दिन दे आ त्यौहार आ जदों किते वादा बुला आ सानू बड़ा तेज जागदा अपने मुसलमान वीर इस तरह बाबा जी तुसी कुछ कहना चाहते हो कुछ केड़े केड़े पिंड नूं मलक मलक दूजे नूं 453 475 441 400 हनुमान बुढ़ा सब नूं उन्हां पिंडां नूं मुबारकां बाबा जी ने जिवें जिहड़े जिहड़े पिंड क्या उन्हां नूं ढेर भरियां मुबारकां इस त्यौहार ते इस दिहाड़े ते ते इसे तरह हसते रहो बसते रहो ते इसे तरह प्यार दा पैगाम देंदे रहो। अज असी पहुंचे हाँ पिंड मलकपुर जिला कपूथला फगवाड़े दे नज़दीक जिहड़ा पहला मुसलमान दा पिंड हुंदा सी बण तो पहला 47 तो पहला ते असी अज उस पिंड विच आए हाँ सब तो पुराने बजुर्ग जिहड़े इत्थे दे आ उहनां नूं मिलाउण उहनां दीआं यादां जिहड़ियां उहनां नूं की यादा उन्हें इस पिंड नाल जुड़िया हुई किड़े किड़े इन्हों याद सके सज्जन मित्र यार या जिन्हां दे नाम अज बाबा जी नूं पुछदे बाबा जी तुहाडा की नाम है जी मेरा नाम प्रीतू बाबा जी तुहाडी किन्नी उम्र हो गई 95 साल हो गई ते तुसी तुहानूं याद आ जदों तुहाडे इत्थे आंढ गुआंढ जिहड़े मुसलमान हुंदे सीगे ਉਹਨਾਂ ਦੇ ਨਾਮ ਉਹ ਮੈਂ ਛੋਰਿਆਂ ਦੇ ਦਾ ਦਿੰਦਾ ਹਾਂ ਹਾਂ ਗਾਇਆਂ ਗਾਤਾ ਹਾਂ ਕੋ ਖੁਸ਼ੀ ਨਾਮ ਦਾ ਕੀ ਖੁਸ਼ੀ ਨਾਮ ਦਾ ਖੁਸ਼ੀ ਮੁਹੰਮਦ ਨੇ ਲੈ ਦਿੱਤੀ ਹਾਂ ਮੈਂ ਆਪ ਸਮਝ ਜਾਵੇਗਾ ਅੱਛਾ ਬਿੱਟਾ ਦਾ ਪਿੰਡ ਸੀ ਕਿੰਨੀ ਕੁ ਆਪਣੀ ਜਾਣ ਸਕਦੇ ਸੀ ਪਿੰਡ ਦੀ ਪਿੰਡ ਤੋਂ ਬਾਹਰ ਅੱਛਾ ਮਸਜਿਦ ਵੀ ਹੁੰਦੀ ਸੀ ਤੁਹਾਡੇ ਇੱਥੇ ਹਾਂ ਮਸਜਿਦ ਵੀ ਹੁੰਦੀ ਸੀ ਇੱਕ ਮਸਜਿਦ ਜਿੱਥੇ ਨਵਾਜ਼ ਕਰਦੇ ਆ ਗੁਰਦੁਆਰੇ ਜਦੋਂ ਹਾਂ ਉਹ ਹੁੰਦੀ ਸੀ